सिमरो श्री हर राए, सिमरो श्री हर राए, सिमरो श्री हर राए, सिमरो श्री हर राए। अर्जुन हर गोविंद नो, अर्जुन हर गोविंद नो, सिमरो श्री हर राए, सिमरो श्री हर राए, सिमरो श्री हर राए, सिमरो श्री हर राए। अर्जुन हर गोविंद नो, अर्जुन हर गोविंद नो, सिमरो श्री हर राए, सिमरो श्री हर राए, सिमरो श्री हर राए, सिमरो श्री हर राए। प्रथम पदोपी सिमर पै गुरु नानक लई त्याए, प्रथम पदोपी सिमर पै गुरु नानक लई आए। फिर अंगद गोर ते अमरदास रामदास होई सहाए, रामदास होई सहाए, रामदास होई सहाए। सिमरो श्री हर राए, सिमरो श्री हर राए, सिमरो श्री हर राए। श्री हर कृष्ण ते आए, जिस डिठे सब दुख जाए, जिस डिठे सब दुख जाए, श्री हर कृष्ण ते आए, जिस डिठे सब दुख जाए, जिस डिठे सब दुख जाए। तेग बहादुर सिमर करनो निद आवे ताए, करनो निद आवे सब थाई होए सहाए, सब थाई होए सहाए। सिमरो श्री हर राए, सिमरो श्री हर राए, सिमरो श्री हर राए, सिमरो श्री हर राए। दसवें पातशाह गुरु गोविंद सिंह जी, सब थाई होए सहाए।
ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਿਮਰੋ ਸ੍ਰੀ ਹਰਿ ਰਾਏ ਸਿਮਰੋ ਸ੍ਰੀ ਹਰਿ ਰਾਏ ਸਿਮਰੋ ਸ੍ਰੀ ਹਰਿ ਰਾਏ ਸਿਮਰੋ ਅੱਜ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਵੀ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ 19 ਮਾਰਚ ਸੰਨ 1644 ਦੇ ਵਿੱਚ ਪ੍ਰਕਾਸ਼ ਧਾਰਨ ਕੀਤਾ। ਆਪ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਸਨ ਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ। ਸਤਿਗੁਰੂ ਪਾਤਸ਼ਾਹ ਜੀ, ਕਿਉਂਕਿ ਸਮਾਂ ਘੱਟ ਹੈ, ਇਸ ਵਾਸਤੇ ਬਹੁਤੀ ਜ਼ਿਆਦਾ ਵਿਚਾਰ ਨਹੀਂ ਕਰਨੀ। ਇੱਕ ਅੱਧੇ ਮਿੰਟ ਦੇ ਵਿਚਾਰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਜੋ ਦੇਣ ਹੈ ਸਮਾਜ ਨੂੰ, ਸਤਿਗੁਰੂ ਪਾਤਸ਼ਾਹ ਜੀ ਦੀ ਸਿੱਖ ਕੌਮ ਨੂੰ। ਇੱਕ ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਵੇਲੇ, ਕਿਉਂਕਿ ਲੰਗਰ ਦੀ ਪ੍ਰਥਾ ਭਾਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਚੱਲੀ ਆ ਰਹੀ ਸੀ, ਪਰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਇਹ ਇਤਿਹਾਸ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਸਮੇਂ ਪੰਜਾਬ ਦੇ ਵਿੱਚ ਕਾਲ ਪਿਆ, ਬਹੁਤ ਸਾਰੇ ਲੋਕ ਭੁੱਖ ਦੇ ਨਾਲ ਮਰਨ ਲੱਗੇ, ਅਨਾਜ ਖਤਮ ਹੋਇਆ, ਤੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪ੍ਰਥਾ ਆਰੰਭ ਕਰ ਦਿੱਤੀ, ਕਿਉਂਕਿ ਗੁਰੂ ਘਰ ਦੇ ਵਿੱਚ 24 ਘੰਟੇ ਲੰਗਰ ਚੱਲਦਾ ਸੀ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਐਲਾਨ ਕਰ ਦਿੱਤਾ ਕਿ ਜਿਸ ਨੂੰ ਕਿਤੋਂ ਵੀ ਪ੍ਰਸ਼ਾਦਾ ਨਹੀਂ ਮਿਲਦਾ ਉਹ ਗੁਰੂ ਘਰੋਂ ਆ ਕੇ ਤੇ ਲੰਗਰ ਛਕ ਲਵੇ, ਤੇ ਲੰਗਰ ਦੇ ਨਾਲ ਨਗਾਰੇ ਦੀ ਮਰਿਆਦਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਕੀਤੀ ਕਿ ਜਿਸ ਵੇਲੇ ਲੰਗਰ ਆਰੰਭ ਹੋਣਾ, ਵਰਤਾਉਣਾ ਸ਼ੁਰੂ ਕਰਨਾ, ਉਸ ਵੇਲੇ ਗੁਰਸਿੱਖ ਨਗਾਰਾ ਵਜਾਇਆ ਕਰਦੇ ਸਨ ਤਾਂ ਕਿ ਹਰੇਕ ਨੂੰ ਪਤਾ ਲੱਗ ਜਾਵੇ ਕਿ ਗੁਰੂ ਕਾ ਲੰਗਰ ਆਰੰਭ ਹੋ ਗਿਆ ਹੈ, ਜਿਸਨੇ ਵੀ ਛਕਣਾ ਹੈ ਆ ਕੇ ਛਕ ਲਵੇ। ਦੂਸਰਾ, ਗੁਰਬਾਣੀ ਦਾ ਸਤਿਕਾਰ। ਅੱਜ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੇ ਸਰੂਪ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਰਹੇ ਹੋਣ ਤੇ ਕਿਸੇ ਸਿੱਖ ਨੂੰ ਇਹ ਕਹਿਣਾ ਨਹੀਂ ਪੈਂਦਾ ਕਿ ਭਾਈ ਹੱਥ ਜੋੜ ਕੇ ਖੜੇ ਹੋਵੋ, ਹਰੇਕ ਸਿੱਖ ਆਪਣੇ ਆਪ ਹੱਥ ਜੋੜ ਕੇ ਗੁਰੂ ਦੇ ਸਤਿਕਾਰ ਵਿੱਚ, ਬਾਣੀ ਦੇ ਸਤਿਕਾਰ ਵਿੱਚ ਖੜਾ ਹੋ ਜਾਂਦਾ। ਇਹ ਸਤਿਕਾਰ ਦੀ ਭਾਵਨਾ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਭਰੀ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਦੇ ਜੀਵਨ ਦੇ ਵਿੱਚ ਇੱਕ ਸਾਖੀ ਪੜ੍ਹਦੇ ਸੁਣਦੇ ਹਾਂ। ਇੱਕ ਵਾਰ ਸੰਗਤਾਂ ਦੁਪਹਿਰ ਦੇ ਵੇਲੇ ਗੁਰੂ ਘਰ ਆ ਰਹੀਆਂ ਸਨ, ਉਸ ਵੇਲੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਰਾਮ ਕਰ ਰਹੇ ਸਨ ਦੁਪਹਿਰ ਦੇ ਵੇਲੇ, ਤੇ ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ ਸਨ। ਜਦੋਂ ਗੁਰੂ ਦਾ ਸ਼ਬਦ ਕੰਨਾਂ ਦੇ ਵਿੱਚ ਪਿਆ ਤੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮਹਾਰਾਜ ਜੀ ਇੱਕਦਮ ਉਪੜਵਾਏ, ਮੰਜੇ ਤੋਂ ਬੜੀ ਤੇਜ਼ੀ ਦੇ ਨਾਲ ਉੱਠੇ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਪੈਰ ਮੰਜੇ ਦੇ ਵਿੱਚ ਅੜ ਗਿਆ ਤੇ ਸਤਿਗੁਰੂ ਪਾਤਸ਼ਾਹ ਥੋੜਾ ਜਿਹਾ ਜ਼ਮੀਨ ਤੇ ਗਿਰ ਵੀ ਗਏ ਤੇ ਥੋੜੀ ਜਿਹੀ ਚੋਟ ਵੀ ਉਹਨਾਂ ਦੇ ਪੈਰ ਤੇ ਆਈ। ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਤੁਹਾਡੇ ਦਰਸ਼ਨ ਨੂੰ ਆ ਰਹੇ ਸੀ, ਤੁਸੀਂ ਇੰਨੀ ਤੇਜ਼ੀ ਨਾਲ ਉੱਠੇ ਕਿਉਂ? ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਬਾਣੀ ਦਾ ਸਤਿਕਾਰ ਹੈ, ਤੁਸੀਂ ਗੁਰਬਾਣੀ ਪੜ੍ਹਦੇ ਆ ਰਹੇ ਸੀ, ਸੰਗਤ ਗੁਰਬਾਣੀ ਪੜ੍ਹਦੀ ਆ ਰਹੀ ਹੈ, ਤੇ ਇਸ ਵਾਸਤੇ ਗੁਰਬਾਣੀ ਦਾ ਸਤਿਕਾਰ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ। ਤੇ ਸੰਗਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਤਾਂ ਆਪ ਗੁਰੂ ਰੂਪ ਹੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਸਰੀਰ ਇਹ ਗੁਰੂ ਨਹੀਂ, ਸਰੀਰ ਬਿਨਸਣਹਾਰਾ ਹੈ, ਇਸ ਵਾਸਤੇ ਹਰੇਕ ਦਾ ਫਰਜ਼ ਹੈ
गुरु के शब्द का सत्कार करना, गुरु के शब्द नू अपना गुरु मनना ते गुरु जान के सत्कार करना, ये हरेक गुरसिख का फर्ज बनता है। ते आज असी सतगुरु गुरु ग्रंथ साहिब पातशाह महाराज जी का सत्कार करते हाँ, भावना दे नाल मथा टेकते हाँ, अदब दे नाल खड़े होंदे हाँ गुरु चरणा दे विच। सतगुरु पातशाह का सवारा एक थां तो दूसरे थां ते आ जा रहा होवे ते किसे नू कहण दी लोड़ नहीं पैंदी, हरेक गुरसिख अपने आप हथ जोड़ के खड़ा हो जाता है। यह भावना सत्कार दी सतगुरु गुरु हरि साहिब पातशाह महाराज जी ने बख्शिश की है। ते दूसरा, सतगुरु पातशाह जी ने को गुण दिता है, क्योंकि जिस वेले फुल सतगुरु पातशाह जी दे चोले दे नाल अड़ के टहणी दे नालों टुटा ते सतगुरु पातशाह जी बड़े उदास होए, ते सतगुरु पातशाह गुरु हरगोबिंद साहिब पातशाह महाराज जी ने एक गल कही कि जे चोला वड्डा होवे ते उस नूं समेट लेना चाहीदा है। इस तों भाव केवल गल दा पाया चोला जां टहणी दे नालों टुटा होया फुल नहीं, इस तों भाव है कि जे जीवन दे विच बहुत वड्डा रुतबा प्राप्त हो जावे, बहुत वड्डी शक्ति हाथ दे विच आ जावे ते उस नूं संकोच के वरतना है, भले वास्ते वरतना है। वड्डी शक्ति दे नाल किसे गरीब दा नुकसान ना होवे, किसे दा दिल ना दुखे, क्योंकि सतगुरु गुरु हरि साहिब पातशाह महाराज जी बड़े कोमल हिरदे दे मालिक सन। फुल भी टहनी दे नाल टुटता ते उदास हो जांदे सन, ते सतगुरु पातशाह आम ही अपने जीवन दे विच इह कथा करिया करदे सन, सभना मन माणक ठाहण मूल मचंगवा, जे तो प्रिया दी सिख हयाउ ना ठाहे कहीं दा। बाबा फरीद जी का यह श्लोक सतगुरु पातशाह पढ़िया करते सन कि भाई जे तेनू परमात्मा नू मिलन दी जरा जिनी भी सिख है ते ए ख्याल करी कि मन सारिया दे अनमोलक हन, किसे दा मन ना दुखाई। जे तेनू परमात्मा दे नाल मिलन दी सिख है, परमात्मा नू मिलन दी तांग है, ते कदे भी जिंदगी दे विच किसे दा दिल ना दुखाई, किसे दा मन तेरे तो दुखे ना। ऐसा सुभा ऐसे गुण सन सतगुरु गुरु हरि साहिब पातशाह महाराज जी दे, इस वास्ते आपां सतगुरु पातशाह जी नूं याद करदे हां। सिमरो श्री हरि राए, सिमरो श्री हरि राए, सिमरो श्री हरि